ਯੋਨਾ 1:1-2 ਯਹੋਵਾ ਦਾ ਵਚਨ ਮਿਤਾਈ ਦੇ ਪੁੱਤਰ ਯੋਨਾ ਨੂੰ ਆਇਆ। ਯਹੋਵਾ ਨੇ ਆਖਿਆ, ਉੱਠ ਉਸ ਵੱਡੇ ਸ਼ਹਿਰ ਨੀਨਵਾ ਦੇ ਕੋਲ ਲੋਕਾਂ ਕੋਲ ਜਾ ਤੇ ਉਹਨਾਂ ਦੇ ਵਿਰੁੱਧ ਪੁਕਾਰ, ਕਿਉਂਕਿ ਉਹਨਾਂ ਦੀ ਬੁਰਾਈ ਮੇਰੇ ਸਨਮੁਖ ਬਹੁਤ ਵੱਧ ਗਈ ਹੈ। ਹਾਂ, ਦੋ ਹੋ ਗਿਆ। ਹਾਂ, ਯਹੋਵਾ ਦਾ ਵਚਨ ਕਿਹਨੂੰ ਆਇਆ? ਯਹੋਵਾ ਨੇ ਕਿਹਨੂੰ ਵਾਜ ਲਗਾਈ? ਯੋਨਾ ਨਬੀ ਨੂੰ ਪਰਮੇਸ਼ਰ ਨੇ। ਕਹਿੰਦਾ ਯੋਨਾ ਨਬੀ ਨੂੰ, ਕਹਿੰਦਾ ਉੱਠ, ਸੁੱਤਾ ਪਿਆ, ਕਹਿੰਦਾ ਉੱਠ। ਰਾਤ ਨੂੰ ਕਹਿੰਦਾ ਤੁਰ ਪਏ, ਕਹਿੰਦਾ ਨੀਨਵਾ ਦੇਸ਼ ਨੂੰ ਚੱਲਿਆ ਜਾ, ਉੱਥੇ ਦੇ ਲੋਕ ਬੁਰਾਈ ਦਰ ਬੁਰਾਈ ਕਰਦੇ ਨੇ, ਦਿਨ ਵੀ ਪਾਪ ਕਰਦੇ ਨੇ, ਰਾਤ ਵੀ ਪਾਪ ਕਰਦੇ ਨੇ, ਇੰਨੇ ਜ਼ਿਆਦਾ ਪਾਪ ਉਹਨਾਂ ਦੇ ਵੱਧ ਚੁੱਕੇ ਨੇ। ਕਹਿੰਦਾ ਉਹਨਾਂ ਤੋਂ ਮੈਂ ਪਰੇਸ਼ਾਨ ਹੋ ਗਿਆ, ਪਾਪ ਹੀ ਇੰਨੇ ਜ਼ਿਆਦਾ ਕਰ ਰਹੇ ਨੇ, ਪਾਪ ਦੀ ਕੋਈ ਹੱਦ ਹੁੰਦੀ ਏ? ਕਹਿੰਦਾ ਉਹਨਾਂ ਪਾਪ ਹੀ ਇੰਨੇ ਜ਼ਿਆਦਾ ਕਰ ਰਹੇ ਨੇ। ਕਹਿੰਦਾ ਜਾ ਉਹਨਾਂ ਨੂੰ ਮੈਸੇਜ ਲਾ ਕੇ ਆ। ਕਹਿੰਦਾ ਉਹਨਾਂ ਦੇ ਪਾਪ ਬਹੁਤ ਜ਼ਿਆਦਾ ਵੱਧ ਗਏ ਨੇ, ਕਹਿੰਦਾ ਮੇਰੇ ਵੱਲ ਮੁੜਨ, ਮੈਂ ਦਇਆ ਕਰਨੀ ਚਾਹੁੰਦਾ। ਅੱਗੇ ਇਹੀ ਵਚਨ ਵੇਖਾਂ ਦੇ 3:1-10 ਤੱਕ। ਤਦ ਯਹੋਵਾ ਦਾ ਵਚਨ ਦੂਸਰੀ ਵਾਰ ਯੋਨਾ ਕੋਲ ਆਇਆ, ਉੱਠ ਉਸ ਵੱਡੇ ਸ਼ਹਿਰ ਨੀਨਵਾ ਦੇ ਕੋਲ ਲੋਕਾਂ ਕੋਲ ਜਾ ਅਤੇ ਉੱਥੇ ਇਸ ਗੱਲ ਦਾ ਪ੍ਰਚਾਰ ਕਰ ਜਿਹੜੀ ਮੈਂ ਤੈਨੂੰ ਦੱਸਾਂਗਾ। ਤਦ ਯੋਨਾ ਯਹੋਵਾ ਦੇ ਵਚਨ ਅਨੁਸਾਰ ਉੱਠ ਕੇ ਨੀਨਵਾ ਦੇ ਲੋਕਾਂ ਕੋਲ ਗਿਆ। ਨੀਨਵਾ ਇੱਕ ਬਹੁਤ ਹੀ ਵੱਡਾ ਸ਼ਹਿਰ ਸੀ, ਜਿਸ ਵਿੱਚ ਘੁੰਮਣ ਲਈ 3 ਦਿਨ ਦਾ ਸਫ਼ਰ, ਤਕਰੀਬਨ 16 ਕਿਲੋਮੀਟਰ ਦਾ ਸਫ਼ਰ। ਹਾਂ, ਇੱਥੇ ਕੀ ਲਿਖਿਆ ਹੈ? ਪਹਿਲੀ ਵਾਰ ਯੋਨਾ ਨਬੀ ਨੂੰ ਉਠਾਇਆ, ਪਰਮੇਸ਼ਰ ਨੇ ਨਹੀਂ ਉੱਠਿਆ। ਦੂਜੀ ਵਾਰ ਫਿਰ ਪਰਮੇਸ਼ਰ ਨੇ ਕਿਹਾ, ਕਹਿੰਦਾ ਯੋਨਾ ਨਬੀ ਉੱਠ, ਮੈਂ ਤੈਨੂੰ ਕਹਿ ਰਿਹਾ। ਕਹਿੰਦਾ ਨੀਨਵਾ ਦੇ ਲੋਕਾਂ ਦੇ ਕੋਲ ਚਲਾ ਜਾ, ਉੱਥੇ ਦੇ ਲੋਕ ਜਿਹੜੇ ਨੇ ਮੁਸੀਬਤ ਦੇ ਵਿੱਚ ਨੇ, ਜੇ ਤੇਰੀ ਆਵਾਜ਼ ਨੂੰ ਸੁਣਨਗੇ, ਜੇ ਆਪਣੇ ਮਨ ਦਿਲ ਨੂੰ ਬਦਲ ਲੈਣਗੇ, ਤੇ ਮੈਂ ਉਹਨਾਂ ਨੂੰ ਬਚਾ ਲਵਾਂਗਾ, ਨਹੀਂ ਤਾਂ ਉਹ ਅੱਜ ਮਾਰੇ ਜਾਂਦੇ, ਤਬਾਹ ਹੋਣ ਵਾਲੇ ਨੇ। ਜਦ ਉੱਠਦਾ ਹੈ ਚਲਾ ਜਾਂਦਾ ਹੈ, ਪਰਮੇਸ਼ਵਰ ਦੇ ਆਖਿਆ ਅਨੁਸਾਰ ਨੀਨਵਾ ਦੇਸ਼ ਨੂੰ ਚਲਾ ਜਾਂਦਾ। ਨੀਨਵਾ ਇੱਕ ਦੇਸ਼ ਬਹੁਤ ਵੱਡਾ ਸ਼ਹਿਰ ਹੈ, ਸ਼ਹਿਰ ਹੈ, ਪਿੰਡ ਨਹੀਂ ਗਾ। 3 ਦਿਨਾਂ ਦਾ ਪੈਂਡਾ ਸੀ, ਕਿੰਨੇ ਕਿਲੋਮੀਟਰ ਸੀ? 16 ਕਿਲੋਮੀਟਰ, 3 ਦਿਨ ਲੱਗਦੇ। ਪਰ ਉੱਥੇ ਇੰਨੀ ਜ਼ਿਆਦਾ ਦੂਰ ਸੀ, ਇੱਥੇ 16 ਕਿਲੋਮੀਟਰ ਲਿਖਿਆ ਹੋਇਆ, ਇੱਥੇ ਲਿਖਿਆ ਹੋਇਆ ਕਿ 3 ਦਿਨਾਂ ਦਾ ਪੈਂਡਾ ਸੀ, 3 ਦਿਨ ਤੁਰ ਕੇ ਉਹਨੂੰ ਜਾਣ ਵਿੱਚ ਲੱਗਦੇ ਸੀ। ਹਾਂਜੀ, ਅੱਗੇ ਯੋਨਾ ਨੇ ਸ਼ਹਿਰ ਵਿੱਚ ਪ੍ਰਵੇਸ਼ ਕੀਤਾ ਅਤੇ 1 ਦਿਨ ਦਾ ਸਫ਼ਰ ਪੂਰਾ ਕੀਤਾ। ਤਦ ਉਸਨੇ ਪੁਕਾਰ ਕੇ ਆਖਿਆ, ਹੁਣ ਤੋਂ 40 ਦਿਨ ਹੋਰ ਅਤੇ ਫਿਰ ਨੀਨਵਾ ਆਵਾਂਗਾ। ਤਦ ਨੀਨਵਾ ਦੇ ਲੋਕਾਂ ਨੇ ਪਰਮੇਸ਼ਰ ਦੇ ਵਚਨ ਤੇ ਵਿਸ਼ਵਾਸ ਕੀਤਾ ਅਤੇ ਵਰਤ ਰੱਖਣ ਦੀ ਬੁਨਿਆਦੀ ਕੀਤੀ, ਅਤੇ ਵੱਡਿਆਂ ਤੋਂ ਲੈ ਕੇ ਛੋਟਿਆਂ ਤੱਕ ਸਭ ਨੇ ਤੱਪੜ ਪਾ ਲਏ। ਜਦ ਇਹ ਖਬਰ ਨੀਨਵਾ ਦੇ ਰਾਜੇ ਕੋਲ ਪਹੁੰਚੀ ਤਾਂ ਉਹ ਆਪਣੀ ਰਾਜਗੱਦੀ ਤੋਂ ਉੱਠਿਆ, ਆਪਣੇ ਸ਼ਾਹੀ ਵਸਤਰ ਲਾ ਸੁੱਟਿਆ ਤੇ ਤੱਪੜ ਪਾ ਕੇ ਰਾਜ ਵਿੱਚ ਬੈਠ ਗਿਆ। ਤਦ ਉਸਨੇ ਇਹ ਬੁਨਿਆਦੀ ਕਰਵਾਈ ਅਤੇ ਨੀਨਵਾ ਵਿੱਚ ਇਹ ਪ੍ਰਚਾਰ ਕੀਤਾ, ਰਾਜਾ ਅਤੇ ਉਸਦੇ ਸਰਦਾਰਾਂ ਦਾ ਪ੍ਰਮਾਣ ਨਾ ਆਦਮੀ, ਨਾ ਪਸ਼ੂ, ਨਾ ਵੰਗ, ਨਾ ਇੱਜੜ ਕੁਝ ਚੱਕਣ। ਉਹ ਨਾ ਤਾਂ ਕੁਝ ਖਾਣ ਅਤੇ ਨਾ ਹੀ ਪਾਣੀ ਪੀਣ, ਪਰ ਹਰੇਕ ਮਨੁੱਖ ਅਤੇ ਪਸ਼ੂ ਤੱਪੜ ਨਾਲ ਆਪਣੇ ਆਪ ਨੂੰ ਢੱਕਣ ਅਤੇ ਪਰਮੇਸ਼ਰ ਦੇ ਅੱਗੇ ਜ਼ੋਰ ਲਾ ਕੇ ਤਰਲੇ ਕਰਨ, ਹਰੇਕ ਆਪੋ ਆਪਣੇ ਪੈੜੇ ਰਾਹ ਤੋਂ ਫਿਰੇ ਅਤੇ ਉਸ ਜ਼ੁਲਮ ਤੋਂ ਜੋ ਉਹ ਕਰ ਰਹੇ ਸਨ ਮੂੰਹ ਮੋੜੋ। ਹੋ ਸਕਦਾ ਹੈ ਕਿ ਪਰਮੇਸ਼ਰ ਦਇਆ ਕਰੇ ਅਤੇ ਫਿਰ ਵਿਚਾਰ ਕਰੇ ਅਤੇ ਉਸਦਾ ਭੜਕਿਆ ਹੋਇਆ ਕ੍ਰੋਧ ਸ਼ਾਂਤ ਹੋ ਜਾਵੇ ਅਤੇ ਅਸੀਂ ਨਾਸ ਨਾ ਹੋਈਏ। ਜਦ ਪਰਮੇਸ਼ਰ ਨੇ ਉਹਨਾਂ ਦੇ ਕੰਮਾਂ ਨੂੰ ਵੇਖਿਆ ਕਿ ਉਹ ਆਪਣੇ ਪੈੜੇ ਰਾਹ ਤੋਂ ਮੁੜ ਗਏ ਹਨ, ਤਦ ਪਰਮੇਸ਼ਰ ਨੇ ਉਸ ਬੁਰਾਈ ਤੋਂ ਪਛਤਾਇਆ ਅਤੇ ਜੋ ਉਸਨੇ ਕਿਹਾ ਸੀ ਕਿ ਉਹ ਉਹਨਾਂ ਨਾਲ ਕਰੇਗਾ, ਉਸਨੇ ਉਹ ਨਹੀਂ ਕੀਤਾ। ਹਾਂ, ਇੱਥੇ ਕੀ ਲਿਖਿਆ ਹੈ ਕਿ ਜਦੋਂ ਪਹਿਲੇ ਦਿਨ ਜਾ ਕੇ ਪ੍ਰਚਾਰ ਕਰਦਾ ਹੈ, ਨੀਨਵਾ ਦੇ ਵਿੱਚ ਪਹੁੰਚ ਜਾਂਦਾ ਹੈ, ਪ੍ਰਚਾਰ ਕਰਦਾ ਹੈ, ਕਹਿੰਦਾ
अज तो 40 दिन बाद नीनवा तबाह हो जाना है। कितना तो प्रचार कर रहा है, कहता दिन गिनने शुरू कर दो, तुसी पाप इन्ने ज्यादा कर रहे ने, 40 दिन बचे ने तुहाडे कोल, जे परमेश्वर मैसेज ला दिता है, जे तुसी अपने मन नूं बदल दो, दिल नूं बदल दो, अज परमेश्वर जिदा इस जगह ते आया है, यीशु मसीह बोल रहा है, परमेश्वर आत्मा तुहानूं दस रहा है कि पूरे एरिया नूं दिखा दो कि परमेश्वर पूरी दुनिया में चलाने वाला है। यीशु मसीह वल मुड़ो, इत्थे 40 दिन रह गए ने, वो देश तबाह होने वाला है, प्रचार करता है कि यीशु मसीह दे वल मुड़ पो, परमेश्वर दे अगे मुड़ो, रोह कर लाओ। उन्हें की किया, जब सरदार दे कोल, राजे दे कोल गल गई, बादशाह दे कोल, उन्हें कहा ठीक है, ये लगता है परमेश्वर का बंदा, ये लगता है कि परमेश्वर चुनिया होया, इहदी गल मननी पैनी है। कहिंदा ऐदा करो, कहिंदा सारे जने वर्त रखो, कहिंदा कोई नहीं रोटी खाएगा, कोई नहीं पानी पीवेगा, कहिंदा ना माल डंगर पशु खान पीणगे, कहिंदा सारे जने वर्त रखण, सारे जने परमेश्वर दे अगे दहाई देण, 40 दिन बचे ने, 40 दिन बाद तबाह हो जावांगे, जे अपने विच एक भी मारा गया वो दोबारा वापस लौट के नहीं आएगा, परमेश्वर का क्रोध भड़क पवेगा। उत्थों दे लोक पाप ज्यादा करते सी, अपनी मर्जी द्वारा देवत्यां नूं पूजदे सी, परमेश्वर नूं भुल जांदे सी कि परमेश्वर उपर भी बैठा स्वर्ग दे विच, पूरी दुनिया चला रहे, ओ देवी देवत्यां नूं पूजण लगे, परमेश्वर नूं भुल गए, परमेश्वर ने क्रोध विखाया। जदों मन नूं फरादे ने, कहिंदे नहीं परमेश्वर जिवें तेरा दास कवे दा असीं उवें करांगे, की करदे ने जद मुड़ पेंदे ने, रोंदे करलांदे ने, परमेश्वर कहिंदा जा, कहिंदा अज तो लैके तुहाडे पाप माफ कीते गए ने। जोर दी तारीफ कर दो परमेश्वर दे लई। यीशु मसीह अज इसे जगह ते बोल रहा है कि तुहाडे पाप माफ कीते गए ने, तुसी मेरे वल मुड़े हो, मेरा सत्कार कीता है, मेरी आवाज ने सुनिया है, ये साडा वचन नहीं गा, ये परमेश्वर दा वचन है, ये बाणी स्वर्ग तो आई है। परमेश्वर जानता है कौन किन्ना हालातां दे विच, कौन किन्ना नूं पूज रहा है, कौन मैनूं जानदा तक नहीं, बनाया मैं, धरती ते भेजा मैं, मैनूं भुल गए ने, परमेश्वर गुस्सा विखावेगा। हाथ रखे है, हाथ हटा लवेगा परमेश्वर, हाथ कदों रखता है, जब परमेश्वर की मर्जी द्वारा चलते हैं, सुनते हैं परमेश्वर का वचन, उस जगह से चले जाते हैं, रात नहीं वेखते, हाँ जी मीटिंग हो रही है, चलो वचन सुनने चलते हैं, वचन तो नहीं रोकते, जेडे पास्टर की मीटिंग हो सुनने गए करो, मैं भी जाता हाँ, वचन परमेश्वर का इंसान का नहीं, ये तुहाडा वचन नहीं, मेरा वचन नहीं, ये स्वर्ग तो बाणी आई हुई है, ये परमेश्वर का वचन है, ये सुनना जरूरी है। सुनो, असी किसी की निंदा बुराई नहीं करते, परमेश्वर के बेटे बेटियां ने सब, परमेश्वर ने सब नु बुलाया है, सब नु बनाया है, धरती से सब नु भेजा है, कोई पाप करता है परमेश्वर जानता है, कोई दुखी है, बीमार है, हालातों के विच, कोई निंदा बुराई करता है परमेश्वर जानता है, कौन किसी लिए आशीष मंगता है। अब्राहम नु कहा, कहिंदा जा तेरे कारण लोग कहिंदा आशीष लैणगे, कहिंदा जो तैनू श्राप देण दे उन्हां नूं मैं श्राप दे दिंदा, कहिंदा जिहड़े तेरे कहना मन्नणगे, कहिंदा मैनूं पता है तू मेरी मर्जी द्वारा चलदा है, कहिंदा जा तैनूं कह दिता है जिवें तू कहवें उवें करांगा। परमेश्वर कह रहा है, और भाई नूं कहा, मैं कहा जा तैनूं कह दिता है तू फौजी लगन वाला, सिलेक्ट होने वाला है, लग्या कि नहीं लग्या, गर्व नाल कहिंदे आ, परमेश्वर भी गर्व नाल कहिंदा मेरा चुनिया है दास, मेरा चुनिया है नबी, कदों कवेदा जदों अपनी मर्जी नहीं परमेश्वर की मर्जी नूं पूरा करा दे, जदों परमेश्वर वल मुड़ांगे। हुण बच्चा ठीक होया है, हुण पूरे एरिया नूं दिखा दिओ कि यीशु मसीह चमत्कार करने वाला है, घरां दे विच जाओ, फोन नंबर लाओ, प्रार्थना कराओ, असीं नहीं कहिंदे कोई मनदा है कि नहीं मनदा, यीशु मसीह चुनना जानदा है, पूरी दुनिया बनाई उहने, वचन दे विच लिखिआ ना पापियां दे कोल दासां नूं भेजिआ, एहो जी जगह ते भेजा जिथों के लोग जानते नहीं सी। असी ये नहीं कह सकते जो मनते ने असी उन्हां करे प्रार्थना बंदगी करने जावांगे, जो नहीं मनते असी उन्हां करे भी जावांगे, असी उन्हां करे भी उन्हां दे फोन ते प्रार्थना करांगे, चाहे हॉस्पिटल दे विच ने असी प्रार्थना करांगे, असी चुने गए हाँ, असी खड़े किए गए परमेश्वर की मर्जी द्वारा, साडी सेवकाई है, साडा जीवन इदां दा है जिदा दे मर्जी हालात दे विच होईए, चाहे रात होईए, चाहे दिने होईए, असी प्रार्थना करन दे लई तैयार हाँ, परमेश्वर दा
सुसमाचार सुनाना शुरू कर दो। कोई भी भैन भाई ये ना कहे कि मेरी सेवा नहीं की, सारे की सेवा है, एक एक बच्चे की सेवा है, छोटे बच्चे की भी सेवा है। प्रचार लैके जाए, वचन लैके जाए, बाइबल वंडे, असी छोटिया बाइबल प्रचार है, एक एक दे घरे जाके असी बाइबल वंड रहे हैं, परमेश्वर का सुसमाचार प्रचार कर रहे हैं।